अज आप लेजर करांगे पत्रा करांगे तो लेजर लैवलर नाल ये आज अपने को ब्लैक स्टालन का लेजर लैवलर इंडिया नंबर वन ब्लैक स्टालन उन्होंने बैच टेक के लाया है तो अगे वो ट्रैक्टर आ जी जो भी 58 10 ये अज आप लैवल करांगे जी वो खेच पहुँच के बाकी तुम दिखावे जेडे असं 2 दिन पहला आलू पट्टे हैं वो आ डिगर है जी अपना देसी टाइप डिगर ही है जी जिम्मे करतारपुर थ्यूरी वाले इंदर सिंह उन्होंने थ्यूरी वाले डिगर है बनया तो मेरे खेल कितने होर का होया है और उस थ्यूरी का ही डिगर है जी इंदर सिंह एंड संस के थ्यूरी वाला इस डिगर नाल असं हर साल आलू कटते हैं जी थोड़ी देर बाद फिर थानू दिखाने जी कि लेजर लैवलर कल का उन्ने चर च असी पी लिए जी आह चाह पी के फिर चलते हैं जी खेत पद्धर कर फिर मिलते हैं जी सत श्री अकाल। अज वोटा भी है जी विधानसभा दियाँ 20 तरीक आ 2022 दोटा ने मैं चलिया सी अपने खेत लेबल कर जी तो आ दो बंदे मैनू कहिंदे राज मिल पे जी ये कहिंदे वोटा पाउण जाना मैं क्या तुम जान दो मैनू बख्श दो ये कहिंदे नहीं वोटा जरूर पाउण जाना जी आ साडे मोहतवार बंदे सिंह जी बहुत सत श्री अकाल जी आ साडे सरपंच साहब ने जी ये मेरे ख्याल वोटा दे वास्ते बंदिआं नू घरों घरी कढ रहे ने लगता भी लैके जाणगे राज रोक के खड़ गए 10 दुकान का टाइम खराब करी जांदे आ मैनू समझ नहीं लग रही आप पाउणी नहीं वोट किसे नूं पाउणी दिंदे ਉਹ ਵੋਟਾਂ ਤਾਂ ਪਾਉਣੀਆਂ ਚਾਹੀਦੀਆਂ ਪਾਉਣੀ ਚਾਹੀਦੀ ਆ ਪਾਵਾਂਗੇ ਆਪਾਂ ਵੀ ਬਥੇਰਾ ਟਾਈਮ ਆ ਸ਼ਾਮ ਤੱਕ ਪਾਵਾਂਗੇ ਲਓ ਜੀ ਹੁਣ ਅਸੀਂ ਆਹ ਆਪਣਾ ਲੇਜ਼ਰ ਵਾਲਾ ਜਿਹੜਾ ਸਿਗਨਲ ਦੇਣ ਵਾਲਾ ਹੁੰਦਾ ਲੇਜ਼ਰ ਲਾਉਣੀ ਜਾਣੀ ਜਿਹਨੂੰ ਲੇਜ਼ਰ ਕਹਿੰਦੇ ਐਕਚੁਅਲੀ ਇਹ ਸੈੱਟ ਕਰ ਦਿੱਤਾ ਇਹਦੀ ਆ ਦੂਰਬੀਨ ਜੀ ਬਣੀ ਹੁੰਦੀ ਆ 3 ਲੱਤਾਂ ਵਾਲੀ ਇਹਦੇ ਉੱਪਰ ਇਹਨੂੰ ਅਸੀਂ ਸੈੱਟ ਕਰ ਦਿੱਤਾ ਅਤੇ ਉਹ ਜਿਹੜਾ ਉੱਪਰ ਕਰਾਹੇ ਦੇ ਉੱਪਰ ਲੱਗਿਆ ਹੋਇਆ ਉਹ ਰਿਸੀਵਰ ਹੁੰਦਾ ਇਹਦਾ ਉਹ ਰਿਸੀਵਰ ਨੇ ਇਹ ਤੋਂ ਸਿਗਨਲ ਲੈਣਾ ਇਹਨੇ ਜ਼ਮੀਨ ਦੇ ਲੈਵਲ 'ਤੇ ਟਿਕਿਆ ਰਹਿਣਾ ਅਤੇ ਉਹਨੇ ਆਪਣੇ ਹਿਸਾਬ ਨਾਲ ਲੈ ਕੇ ਸਿਗਨਲ ਅਤੇ ਕਰਾਹੇ ਨੂੰ ਉੱਪਰ ਥੱਲੇ ਕਰਕੇ ਸੈੱਟ ਕਰੀ ਜਾਣਾ ਇਹਦੇ ਨਾਲ ਫਿਰ ਇੱਕੋ ਲੈਵਲ ਦਾ ਸਾਰਾ ਖੇਤ ਹੋ ਜਾਂਦਾ ਇਹ ਜਿਹੜਾ ਆਪਣਾ ਕਰਾਹਾ ਜੀ ਬਲੈਕ ਸਟਾਲਨ ਵਾਲਾ ਇਹਦੇ ਵਿੱਚ ਅਸੀਂ ਪੰਪ ਜਿਹੜਾ ਉਹ ਸੈਪਰੇਟ ਲਿਆ ਹੋਇਆ ਪੰਪ ਆ ਪੀ ਟੀ ਯੂ ਦੇ ਨਾਲ ਲੱਗਿਆ ਹੋਇਆ ਇਹ ਪੰਪ ਦੇ ਨਾਲ ਸਾਨੂੰ ਬੈਨੀਫਿਟ ਇਹ ਆ ਕਿ ਅਸੀਂ ਮਹਿੰਦਰਾ ਮਗਰ ਪਾ ਲਈਏ ਚੌਂਡੀਅਨ ਮਗਰ ਪਾ ਲਈਏ ਕਿਸੇ ਵੀ ਟਰੈਕਟਰ ਮਗਰ ਪਾ ਲਈਏ ਤਾਂ ਤੇਲ ਆ ਜਿਹੜਾ ਹਿੱਸੇ ਦਾ ਜਾਂ ਲਿਫਟ ਵਾਲਾ ਉਹ ਮਿਕਸ ਨਹੀਂ ਹੁੰਦਾ ਇਹਦੇ ਵਿੱਚ ਆਪਣਾ ਹੀ 15 ਕੁ ਲੀਟਰ ਤੇਲ ਮੇਰਾ ਖਿਆਲ ਪੈਂਦਾ ਇਹਦੇ ਅੰਦਰ ਥੱਲੇ ਟੈਂਕੀ ਲੱਗੀ ਹੋਈ ਹੈ ਜੀ ਉਹ ਟੈਂਕੀ ਦੇ ਨਾਲ ਇਹਦਾ ਤੇਲ ਚੱਲਦਾ ਅਤੇ ਤਾਂ ਕਰਕੇ ਇਹ ਮਿਕਸ ਨਹੀਂ ਹੁੰਦਾ ਉਹ ਉੱਪਰ ਰਿਸੀਵਰ ਲੱਗਿਆ ਹੋਇਆ ਸਵਿੱਚ ਲੱਗੀ ਆ ਕਨੈਕਸ਼ਨ ਕਰਤਾ ਉਹ ਜਿਹੜਾ ਕੰਟਰੋਲਰ ਆ ਉਹਦੇ ਨਾਲ ਇਹਨੂੰ ਔਨ ਕੀਤਾ ਹੋਇਆ ਹੁਣ ਅਸੀਂ ਹੁਣ ਇਹਨੂੰ ਅੱਗੇ ਪਿੱਛੇ ਕਰਕੇ ਸੈਟਅਪ ਕਰਾਂਗੇ ਅਤੇ ਉਸ ਤੋਂ ਬਾਅਦ ਚਲਾਵਾਂਗੇ ਮੈਂ ਕੋਸ਼ਿਸ਼ ਕਰੂੰਗਾ ਕਿ ਚੱਲਦੇ ਦੀ ਵੀ ਰਿਕਾਰਡ ਕਰਾਂ ਪਰ ਉੱਥੋਂ ਫਿਰ ਟਰੈਕਟਰ ਦੀ ਆਵਾਜ਼ ਆਊਗੀ ਜ਼ਿਆਦਾ ਅਤੇ ਆਵਾਜ਼ ਮੇਰੀ ਬਹੁਤ ਵਧੀਆ ਸ਼ਾਇਦ ਨਾ ਆਵੇ ਵਿੱਚ ਅਤੇ ਕੋਸ਼ਿਸ਼ ਕਰੂੰਗਾ ਮੈਂ ਇਹਨੂੰ ਸੈਟਅਪ ਕਰਨ ਦੀ ਆਵਾਜ਼ ਨੂੰ ਬਾਅਦ ਦੇ ਵਿੱਚ ਐਡਿਟ ਕਰਨ ਦੀ ਪਰ ਮੇਰਾ ਖਿਆਲ ਆ ਵੀ ਉਦੋਂ ਆਵਾਜ਼ ਉਨੀ ਵਧੀਆ ਨਹੀਂ ਆਉਣੀ ਅਤੇ ਚਲੋ ਜੀ ਹੁਣ ਸਟਾਰਟ ਕਰਦੇ ਹਾਂ ਆਪਾਂ ਖੇਤ ਪੱਧਰ ਕਰਨੇ ਆ ਜੀ ਆਹ ਆਲੂਆਂ ਵਾਲੇ ਆਪਣੇ ਖੇਤ ਆ ਜਿਹੜੇ 300-300 ਕਿੱਲੇ ਪੱਟੇ ਸੀਗੇ ਉਦੋਂ ਆਲੂਆਂ ਦੇ ਆ ਇੱਧਰ ਆਪਣੀ ਮੋਟਰ ਆ ਜੀ ਉਹ ਉੱਪਰੇ ਲੇਬਰ ਨੂੰ ਕਮਰੇ ਬਣਾ ਕੇ ਦਿੱਤੇ ਹੋਏ ਆ ਜੀ ਉੱਧਰੋਂ ਆਪਣੀ ਕਣਕ ਖੜ੍ਹੀ ਆ ਜੀ ਅਤੇ ਬਾਕੀ ਹੁਣ ਤੁਹਾਨੂੰ ਚਲਾ ਕੇ ਮਗਰੋਂ ਦੱਸਦੇ ਹਾਂ ਜੀ ਹਾਂ ਹੁਣ ਦੇਖੋ ਜੀ ਕਰਾਹਾ ਥੋੜ੍ਹਾ ਥੋੜ੍ਹਾ ਦੰਦ ਜਿਹੜਾ ਥੱਲੇ ਲੱਗ ਰਿਹਾ ਜਿਵੇਂ ਸਿਗਨਲ ਦੇ ਰਿਹਾ ਉਵੇਂ ਆਹ ਦੇਖੋ ਲਾਈਟਾਂ ਉੱਪਰ ਥੱਲੇ ਹੋ ਗਏ ਬਹੁਤ ਥੱਲੇ ਹੋ ਰਿਹਾ ਜਿੱਥੇ ਮਿੱਟੀ ਦੀ ਲੋੜ ਆ ਉੱਥੇ ਛੱਡ ਰਿਹਾ ਜਿੱਥੇ ਮਿੱਟੀ ਵੱਧ ਆ ਉੱਥੇ ਮਿੱਟੀ ਚੱਕ ਰਿਹਾ
ਜਿਹੜਾ ਖੇਤ ਆ ਇਹ ਬਾਲਾ ਗਿੱਲਾ ਕਹਿਰਾ ਕਹਿਰਾ ਉਹ ਪਰਲੇ ਖੇਤ ਤਾਂ ਜਿਹੜਾ ਉਹ ਪਰੇ ਖੇਤ ਦਿਸਦਾ ਉਹ ਤਾਂ ਦੂਰਾਂ ਵੱਜ ਗਿਆ ਲੇਜ਼ਰ ਉੱਥੇ ਪਰ ਆਹ ਖੇਤ ਆ ਜਿਹੜਾ ਇਹ ਖੇਤ 'ਚ ਹਲੇ ਕਹਿਰਾ ਹੀ ਲੇਜ਼ਰ ਵੱਜਿਆ ਪਰ ਇਹ ਗਿੱਲਾ ਬਾਲਾ ਨਿਕਲ ਰਿਹਾ ਥੱਲੋਂ ਗਿੱਲੇ ਦੇ ਵਿੱਚ ਲੇਜ਼ਰ ਲੋਡ ਨਹੀਂ ਆਉਂਦਾ ਕਿਉਂ ਇਹਦੇ ਥੱਲੇ ਲਿਪ ਲੱਗਣ ਲੱਗ ਜਾਂਦੀ ਹੈ ਮਿੱਟੀ ਦੀ ਅਤੇ ਮਿੱਟੀ ਰੁੜ ਕੇ ਮੂਹਰੇ ਡਿੱਗਦੀ ਨਹੀਂ ਤਾਂ ਕਰਕੇ ਬਾਹਲਾ ਚੰਗੀ ਤਰ੍ਹਾਂ ਲੋਡ ਨਹੀਂ ਆਉਂਦਾ ਹੁਣ ਦੇਖਦੇ ਹਾਂ ਥੋੜ੍ਹੀ ਜਿਹੀ ਗੱਲਾਂ ਬਾਤਾਂ ਕਰਦੇ ਕਰਦੇ ਥੋੜ੍ਹੀ ਬਹੁਤ ਧੁੱਪ ਲੱਗ ਜੂਗੀ ਜੀ ਉੱਪਰਲੀ ਤਹਿ ਨੂੰ ਤਾਂ ਫਿਰ ਦੂਰਾ ਸ਼ੁਰੂ ਕਰਾਂਗੇ ਕਰ ਤਾਂ ਪੱਧਰਾ ਦੇਣਾ ਕਿਉਂ ਇੱਥੇ ਮੱਕੀ ਬੀਜਣੀ ਆ ਅਤੇ ਉਹਦੇ ਵਾਸਤੇ ਲੇਟ ਹੁੰਦਾ ਇਸ ਵਾਸਤੇ ਇਹ ਪੱਧਰਾ ਤਾਂ ਕਰਨਾ ਹੀ ਪੈਣਾ ਜ਼ਰੂਰੀ ਆ ਫਿਰ ਵੀ ਕੁਛ ਨਾ ਕੁਛ ਤੁਰੀ ਜਾਂਦੀ ਹੈ ਮਿੱਟੀ ਉੱਪਰ ਦੀ ਆਹ ਜੀ ਸਾਡੇ ਨਾਲ ਜੰਗਲਾਤ ਲੱਗਦਾ ਜੰਗਲਾਤ ਦੇ ਪਰਲੇ ਪਾਸੇ ਰੇਲਵੇ ਲਾਈਨਾਂ ਨਾਲ ਹੀ ਉਹਦੇ ਪਰਲੇ ਪਾਸੇ ਸੜਕ ਆ ਅਤੇ ਮੇਨ ਸੜਕ ਆ ਜਿਹੜੀ 703 ਨੈਸ਼ਨਲ ਹਾਈਵੇ ਅਤੇ ਆਹ ਲੇਜ਼ਰ ਜੀ ਟਿੱਕਟੇ ਕਰਨ ਲੱਗ ਗਿਆ ਆਫ ਕਰ ਦਿੰਦੇ ਅਤੇ ਇਉਂ ਆ ਜੀ ਗੱਲਬਾਤ ਲੇਜ਼ਰ ਠੀਕ ਠਾਕ ਵਧੀਆ ਚੱਲੀ ਜਾਂਦਾ ਜੀ ਹੋਰ ਅੱਧਾ ਪੌਣਾ ਘੰਟਾ ਲੱਗੂ ਆ ਖੱਤੇ ਨੂੰ ਅਤੇ ਇਹਨੂੰ ਪੱਧਰਾ ਕਰਕੇ ਫਿਰ ਅੱਜ ਦੀ ਜਿਹੜੀ ਆ ਉਹ ਇਹ ਵੀਡੀਓ ਅਪਲੋਡ ਕਰਾਂਗੇ ਅੱਜ ਦਾ ਬਲੌਗ ਇਹਨੂੰ ਐਡੀਸ਼ਨ ਵਗੈਰਾ ਕਰਕੇ ਅਤੇ ਉਹ ਲਓ ਜੀ ਦੂਜੇ ਬੰਦੇ ਵੀ ਆ ਗਏ ਸਾਡੇ ਜਿਨ੍ਹਾਂ ਨੇ ਖਾਦ ਜਿਪਸਮ ਲਾ ਕੇ ਥੋੜ੍ਹੀ ਪਾਉਣੀ ਸੀ ਉਹ ਟਰੈਕਟਰ ਆ ਕੇ ਜਿੱਥੇ ਲੇਜ਼ਰ ਹੋਇਆ ਉੱਧਰ ਉਹ ਖਾਦ ਪਾਉਣੀ ਉਹਨਾਂ ਨੇ ਜਿਪਸਮ ਪਾਉਣੀ ਸ਼ੁਰੂ ਕਰਤੀ ਆ ਇਸ ਤੋਂ ਬਾਅਦ ਫਿਰ ਹੁਣ ਇੱਥੇ ਇਹ ਜ਼ਮੀਨ ਥੋੜ੍ਹੀ ਜਿਹੀ ਅਸੀਂ ਪੱਧਰੀ ਕੀਤੀ ਸੀਗੀ ਤਾਂ ਕਰਕੇ ਇਹਦੇ ਵਿੱਚ ਉਹ ਜਿੱਧਰੋਂ ਮਿੱਟੀ ਖਿੱਚੀ ਹੋਈ ਆ ਇੱਧਰ ਨੂੰ ਉਸ ਪਾਸੇ ਥੋੜ੍ਹੀ ਜਿਹੀ ਜਿਪਸਮ ਐਤਕੀ ਪਾਉਣੀ ਪੈਣੀ ਆ ਰਹਿ ਹਲੇ ਵੀ ਹਵਾ ਭਰ ਜਮਾਂ ਹੀ ਬਿਲਕੁਲ ਹਵਾ ਭਰ ਉੱਚਾ